ਸਭ ਤੋਂ ਪਹਿਲਾਂ ਮੈਂ ਜਲੰਧਰ ਦੀ ਗੱਲ ਛੇੜੀ ਸੀ ਤੇ ਦੱਸਿਓ ਜੀ ਜਲੰਧਰ ਦੀ ਚੋਣ ਕੀ ਕੁਛ ਉੱਥੇ ਹੁਣ ਸਰਗਰਮੀਆਂ ਹੋ ਰਹੀਆਂ ਨੇ। ਮੈਮ ਜੀ ਜਲੰਧਰ ਦੀ ਚੋਣ ਚ ਇਸ ਵੇਲੇ ਸਾਰੀਆਂ ਧਿਰਾਂ ਪੂਰੇ ਜ਼ੋਰ ਵਿਚ ਨੇ ਜੀ। ਕੈਂਡੀਡੇਟ ਸਾਰਿਆਂ ਦੇ ਸਾਹਮਣੇ ਆ ਚੁੱਕੇ ਆ ਜੀ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਜਿਨ੍ਹਾਂ ਦੇ MP ਦੀ ਡੈਥ ਹੋਈ ਤੇ ਚੋਣ ਹੋ ਰਹੀ ਆ ਉਨ੍ਹਾਂ ਨੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਤੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦੇ ਦਿੱਤੀ। ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਿਹੜਾ ਜਲੰਧਰ ਪੱਛਮੀ ਹਲਕੇ ਤੋਂ ਪਿਛਲੀ ਵਾਰੀ ਕਾਂਗਰਸ ਵੱਲੋਂ ਖੜਾ ਉਮੀਦਵਾਰ ਸੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਸ਼ੀਲ ਸ਼ੀਤਲ ਅਗਰਾਲ ਤੋਂ ਹਾਰ ਗਿਆ ਸੀ, ਉਹਨੂੰ ਆਪਣੇ ਵਿਚ ਸ਼ਾਮਲ ਕਰਕੇ ਤੇ ਆਪਣੇ ਵੱਲੋਂ ਟਿਕਟ ਦੇ ਦਿੱਤੀ। ਹੁਣ ਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ ਦੀ ਚੋਣ ਲੜੇਗਾ। ਤੀਸਰਾ ਫਿਰ ਉਨ੍ਹਾਂ ਨੇ ਅਕਾਲੀ ਦਲ ਵਾਲਿਆਂ ਨੇ ਕੀਤਾ, ਉਨ੍ਹਾਂ ਨੇ ਫਰਵਰੀ ਵਿਚ ਤਾਂ ਇਹ ਆਖਿਆ ਸੀ ਕਿ ਅਸੀਂ ਚੋਣ ਨਹੀਂ ਲੜਨੀ, ਅਸੀਂ ਸੱਦਾ ਦਿਆਂਗੇ ਕਿ ਬਹੁਜਨ ਸਮਾਜ ਪਾਰਟੀ ਇਹ ਚੋਣ ਲੜੇ ਤੇ ਅਸੀਂ ਸਾਈਡ ਤੋਂ ਉਹਦੀ ਮਦਦ ਕਰਾਂਗੇ। ਉਹਦੇ ਤੋਂ ਬਾਅਦ ਹਾਲਾਤ ਏਦਾਂ ਦੇ ਬਣੇ ਕਿ ਬਹੁਜਨ ਸਮਾਜ ਪਾਰਟੀ ਨੇ ਪਹਿਲੀ ਗੱਲ ਆਖੀ ਅਸੀਂ ਬਾਈ ਇਲੈਕਸ਼ਨ ਜਿਹੜੀ ਕਦੇ ਵੀ ਉਪ ਚੋਣਾਂ ਲੜਦੇ ਨਹੀਂ ਹੁੰਦੇ ਤੇ ਅਸੀਂ ਨਹੀਂ ਲੜਨੀ। ਦੂਸਰਾ ਉਨ੍ਹਾਂ ਦੇ ਵਿਚ ਇਹ ਵੀ ਸੀ ਕਿ ਇਹ ਚੋਣ ਲੜਨ ਵਾਲਾ ਮਾਹੌਲ ਨੀ ਸਾਡੇ ਤੋਂ ਜਿੱਤੀ ਜਾਣੀ ਨੀ ਤੇ ਬਦੋ ਬਦੀ ਬੇਇੱਜ਼ਤੀ ਕਰਾਉਣ ਦਾ ਕੋਈ ਫਾਇਦਾ ਨੀ। ਉਹ ਪਾਸਾ ਵੱਟ ਗਏ, ਫਿਰ ਅਕਾਲੀ ਦਲ ਨੂੰ ਆਖਿਆ ਖੜਾ ਕਰੋ, ਇਨ੍ਹਾਂ ਨੇ ਦੋ ਤਿੰਨ ਉਮੀਦਵਾਰਾਂ ਤੇ ਘੁਮਾਇਆ। ਪਵਨ ਕੁਮਾਰ ਟੀਨੂ ਦੇ ਉੱਤੇ ਗੱਲ ਮੁੱਕਦੀ ਸੀ, ਜਿਹੜਾ ਆਦਮਪੁਰ ਹਲਕੇ ਤੋਂ ਦੋ ਤਿੰਨ ਵਾਰੀ MLA ਵੀ ਰਹਿ ਚੁੱਕਾ, ਚੀਫ਼ ਪਾਰਲੀਮੈਂਟਰੀ ਸੈਕਟਰੀ ਵੀ ਰਹਿ ਚੁੱਕਾ ਤੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਧਾਨ ਸਭਾ ਵਿਚ ਅਕਾਲੀ ਗਰੁੱਪ ਦਾ ਡਿਪਟੀ ਲੀਡਰ ਵੀ ਹੁੰਦਾ ਸੀ ਜੀ। ਉਹ ਚੋਣ ਲੜਨ ਨੂੰ ਤਿਆਰ ਵੀ ਸੀ ਪਰ ਉਹਦੇ ਸਵਾਲ ਦੇ ਉੱਤੇ ਕਹਿੰਦੇ ਵਿਘਨ ਇਹ ਪਿਆ ਕਿ ਬਹੁਜਨ ਸਮਾਜ ਪਾਰਟੀ ਨੇ ਆਖਿਆ ਕਿ ਕਿਉਂਕਿ ਸਾਨੂੰ ਛੱਡ ਕੇ ਗਿਆ ਸੀ ਇਸ ਕਰਕੇ ਇਹਦੀ ਮਦਦ ਕਰਨਾ ਸਾਡੇ ਲਈ ਔਖਾ ਹੋਣਾ, ਅਸੀਂ ਇਹਦੇ ਨਾਂ ਤੇ ਸਹਿਮਤ ਨਹੀਂ। ਲੈ ਦੇਖ ਕੇ ਅਖੀਰ ਡਾਕਟਰ ਸੁਖਵਿੰਦਰ ਸੁੱਖੀ ਦੇ ਉੱਤੇ ਜਾ ਕੇ ਗੱਲ ਮੁੱਕੀ। ਉਹ ਪਿਛਲੇ ਸਾਲ ਬੜੇ ਔਖੇ ਹਾਲਾਤ ਦੇ ਵਿਚ ਜਦੋਂ ਅਕਾਲੀ ਸਭ ਥਾਵਾਂ ਤੋਂ ਹਾਰਦੇ ਜਾਂਦੇ ਸੀ, ਸਾਰੇ ਮਾਝੇ ਚ ਇਕ ਸੀਟ ਜਿੱਤੀ ਸੀ, ਸਾਰੇ ਮਾਲਵੇ ਚ ਇਕ ਸੀਟ ਜਿੱਤੀ ਸੀ, ਸਾਰੇ ਦੁਆਬੇ ਚ ਇਕ ਸੀਟ ਵਿਧਾਨ ਸਭਾ ਦੀ ਜਿੱਤੀ ਸੀ, ਉਹ ਬੰਗੇ ਤੋਂ ਇੱਥੇ ਡਾਕਟਰ ਸੁਖਵਿੰਦਰ ਸੁੱਖੀ ਨੇ ਜਿੱਤੀ ਸੀ। ਇਹਨੂੰ ਹੁਣ ਅਕਾਲੀ ਪਾਰਟੀ ਨੇ ਖੜਾ ਕਰ ਦਿੱਤਾ, ਬਹੁਜਨ ਸਮਾਜ ਪਾਰਟੀ ਇਨ੍ਹਾਂ ਦੇ ਨਾਲ, ਪਿਛੋ ਰਹਿ ਗਈ ਭਾਰਤੀ ਜਨਤਾ ਪਾਰਟੀ, ਉਨ੍ਹਾਂ ਨੇ ਫਿਰ ਅਕਾਲੀਆਂ ਦਾ ਬੰਦਾ ਖੋਇਆ। ਪਾਰਲੀਮੈਂਟ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਨੂੰ ਨਾਲ ਜੋੜ ਲਿਆ। ਇੰਦਰ ਇਕਬਾਲ ਸਿੰਘ ਅਟਵਾਲ 2002 ਤੇ ਲੁਧਿਆਣੇ ਜ਼ਿਲ੍ਹੇ ਦੇ ਕੁੰਭ ਕਲਾਂ ਹਲਕੇ ਤੋਂ ਇਥੋਂ ਜਿੱਤ ਗਿਆ ਤੇ ਜਿੱਤਣ ਤੋਂ ਬਾਅਦ ਉਹ MLA ਰਿਹਾ ਸੀ, ਪਰ 2007 ਦੇ ਵਿਚ ਹਾਰ ਗਿਆ ਤੇ 12 ਚ ਮੁੜ ਕੇ ਉਹਦਾ ਹਲਕਾ ਟੁੱਟ ਗਿਆ ਸੀ। ਫਿਰ ਉਹਨੂੰ ਕਿਤੇ ਟਿਕਟ ਨਹੀਂ ਮਿਲੀ, ਅਕਾਲੀ ਬਹੁਤਾ ਪੁੱਛਦੇ ਨਹੀਂ ਸੀ। ਉਹ ਇਨ੍ਹਾਂ ਤੋਂ ਅੱਕ ਕੇ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਤੇ ਭਾਜਪਾ ਵਾਲਿਆਂ ਨੇ ਉਹਨੂੰ ਇਥੋਂ ਉਮੀਦਵਾਰ ਬਣਾ ਲਿਆ ਜੀ। ਇਹ ਚਾਰੇ ਤਰ੍ਹਾਂ ਵੱਡੀਆਂ ਸਿੱਧੀਆਂ ਹੋਣ ਤੋਂ ਬਾਅਦ ਇਕ ਗੱਲ ਹੋਰ ਹੋਈ ਕਿ ਸਿਮਰਜੀਤ ਸਿੰਘ ਮਾਨ ਨੇ ਆਖਿਆ ਵੀ ਕੋਈ ਗੱਲ ਨੀ, ਅਸੀਂ ਸੰਗਰੂਰ ਜਿੱਤਿਆ ਸੀ, ਜਲੰਧਰ ਵੀ ਜਿੱਤਾਂਗੇ। ਉਨ੍ਹਾਂ ਨੇ ਆਪਣੇ ਵੱਲੋਂ ਗੁਰਜੰਟ ਸਿੰਘ ਕੱਟੂ ਨੂੰ ਉਮੀਦਵਾਰ ਬਣਾ ਦਿੱਤਾ। ਕਿਸੇ ਨੇ ਚੋਪ ਮਾਰੀ ਕਿ ਕਾਠ ਦੀ ਆਂਡੀ ਮੁੜ ਮੁੜ ਨਹੀਂ ਚੜ੍ਹਦੀ ਹੁੰਦੀ, ਉਨ੍ਹਾਂ ਨੇ ਆਖਿਆ ਜੀ ਅਸੀਂ ਚੜਾ ਕੇ ਵਿਖਾਵਾਂਗੇ। ਉਹ ਹੁਣ ਤੁਰ ਪਏ ਨੇ, ਕੀ ਬਣਦਾ ਕੀ ਨਹੀਂ ਬਣਦਾ ਮੈਨੂੰ ਪਤਾ ਨੀ, ਚੋਣ ਵਗ ਪਈ ਆ ਜੀ। ਇਸ ਦੌਰਾਨ ਸਾਰੀਆਂ ਧਿਰਾਂ ਨੇ ਜ਼ੋਰ ਲਾਇਆ ਪਿਆ। ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਸੀ, ਇਹ ਗੱਲ ਪੱਕੀ ਆ, ਮੰਨਣਾ ਪਏਗਾ ਕਿ ਉਹਦੇ ਰੋਡ ਸ਼ੋਅ ਦੇ ਵਿਚ ਇਕੱਠ ਬਹੁਤ ਜ਼ਿਆਦਾ ਤਗੜਾ ਸੀ ਔਰ ਹੈ ਵੀ ਆਪ ਮੁਹਾਰਾ ਸੀ। ਇਹ ਨੀ ਸੀ ਲੱਗਦਾ ਕਿ ਪਬਲਿਕ ਲਿਆਂਦੀ ਗਈ, ਲਿਆਂਦੀ ਤੇ ਲੀਡਰਾਂ ਹੁੰਦੀ ਹੁੰਦੀ ਆ, ਪਰ ਲਿਆਂਦੀ ਪਬਲਿਕ ਨਾਲੋਂ ਜ਼ਿਆਦਾ ਉਹ ਸੀ ਜਿਹੜੀ ਆਪਣੇ ਆਪ ਆਈ ਸੀ, ਪਰ ਲੋਕਾਂ ਚ ਹਜ਼ਾਰਾ ਬੜਾ ਤਗੜਾ ਸੀ। ਏਡਾ ਕਿ ਸ਼ੋਅ ਅੱਗੇ ਕਦੇ ਪਿਛਲੇ ਸਮੇਂ ਚ ਛੇਤੀ ਕੀਤੇ ਵੇਖਿਆ ਨੀ ਗਿਆ। ਹੁਣ ਦੂਸਰੀ ਕਿਸੇ ਧਿਰਨੇ ਕਰਨਾ ਤੇ ਜਾਂ ਤਾਂ ਇਸ ਤੋਂ ਵੱਧ ਕਰਕੇ ਵਿਖਾਉਣਾ ਪਵੇਗਾ, ਨਹੀਂ ਤੇ ਉਨ੍ਹਾਂ ਦਾ ਪ੍ਰਭਾਵ ਸ਼ਾਇਦ ਇੱਦਾਂ ਦਾ ਨਾ ਬਣ ਸਕੇ। ਅੱਜ ਵਾਲਾ ਰੋਡ ਸ਼ੋਅ ਇਨ੍ਹਾਂ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਤਗੜਾ ਹੋ ਗਿਆ, ਇਹਦੇ ਨਾਲ ਇਨ੍ਹਾਂ ਚੱਕਾ ਜਮਾਤਾ। ਬਾਕੀ ਰਹਿ ਜਾਂਦੀ ਆਪਸ ਵਿਚ ਬੰਦਿਆਂ ਦੀ ਭੰਨ ਤੋੜ ਦੀ ਗੱਲ। ਕਰਤਾਰਪੁਰ ਹਲਕੇ ਤੋਂ ਸਾਬਕਾ MLA ਚੌਧਰੀ ਸੁਰਿੰਦਰ, ਉਹਦਾ ਬਾਪ ਚੌਧਰੀ ਜਗਜੀਤ ਪਹਿਲਾਂ ਮੰਤਰੀ ਹੁੰਦਾ ਸੀ, ਦਾਦਾ ਮਾਸਟਰ ਗੁਰਵੰਤਾ ਸਿੰਘ ਵੀ ਮੰਤਰੀ ਹੁੰਦਾ ਸੀ, ਜਿਹੜੀ
ਬੀਬੀ ਕਾਂਗਰਸ ਨੇ ਉਮੀਦਵਾਰ ਬਣਾਈ ਆ ਜੀ, ਬੀਬੀ ਕਰਮਜੀਤ ਕੌਰ ਜੀ, ਉਹ ਉਹਦੀ ਸਕੀ ਚਾਚੀ ਆ, ਉਹ ਕਾਂਗਰਸ ਛੱਡ ਕੇ ਤੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਸੀ। ਪਰਿਵਾਰ ਪਰੋਸੇ ਆ, ਬੜੇ ਚਿਰ ਤੋਂ ਆਪਸ ਵਿਚ ਮਤਭੇਦ ਚੱਲਦੇ ਆ, ਪਰ ਪੰਜਵੇਂ ਦਿਨ ਉਹ ਵਾਪਸ ਚਲਾ ਗਿਆ ਫਿਰ ਕਾਂਗਰਸ ਪਾਰਟੀ ਚ। ਕੁਝ ਲੋਕ ਸਮਝਦੇ ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਸੈਟਬੈਕ ਲੱਗੀ ਆ ਜੀ, ਕੁਝ ਕਹਿੰਦੇ ਸੈਟਬੈਕ ਇਹਦੇ ਨਾਲ ਜਦੀ ਉਸ ਬੰਦੇ ਨੂੰ ਲੱਗੀ ਆ। ਬੰਦੇ ਨੂੰ ਸੈਟਬੈਕ ਦਾ ਕੀ ਹੁੰਦਾ, ਜਿਹੜੀ ਪਾਰਟੀ ਨੂੰ ਸੈਟਬੈਕ ਲੱਗਦੀ ਉਹ ਵੱਧ ਹੈ ਜੀ, ਪਰ ਲੱਗੀ ਕਿ ਨਹੀਂ ਲੱਗੀ ਤੇ ਕਿੰਨੀ ਕੁ ਲੱਗੀ ਆ ਇਹਦੀ ਚਰਚਾ ਅਸੀਂ ਨਹੀਂ ਕਰ ਸਕਦੇ। ਸਾਰਾ ਕੁਝ ਚੋਣਾਂ ਤੋਂ ਬਾਅਦ ਪਤਾ ਲੱਗਦਾ ਹੁੰਦਾ ਜੀ, ਜਿਹੜਾ ਇਮੀਡੀਏਟ ਅਸਰ ਆ ਉਹ ਕੁਝ ਨਹੀਂ ਦਿਸਿਆ। ਅੱਜ ਦਾ ਰੋਡ ਸ਼ੋ ਆਮ ਆਦਮੀ ਪਾਰਟੀ ਦਾ ਸੱਚੀ ਮੁੱਚੀ ਬਹੁਤ ਵੱਡਾ ਸੀ, ਜਿਹਦੀ ਹਰ ਪਾਸੇ ਚਰਚਾ, ਹੁਣ ਉਡੀਕਾਂਗੇ ਕਿ ਦੂਸਰੀ ਕੋਈ ਧਿਰ ਕਿੱਡਾ ਕੁ ਵੱਡਾ ਸ਼ੋ ਕਰਦੀ ਆ।